ਹਾਲੇਲੂਇਆ। ਅੱਜ ਲੋਕ ਕਹਿੰਦੇ ਨੇ ਅਸੀਂ ਪਾਪ ਨਹੀਂ ਕਰਦੇ, ਕਈ ਕਹਿੰਦੇ ਜੀ ਨਹੀਂ ਜੀ ਨਹੀਂ ਅਸੀਂ ਆਪਣੀ ਔਰਤ ਨਾਲ ਵਫਾਦਾਰ ਹੈ, ਤੁਹਾਨੂੰ ਕੀ ਪਤਾ ਤੁਸੀਂ ਗੰਦੀਆਂ ਫਿਲਮਾਂ ਦੇਖ ਕੇ ਟੀਵੀ 'ਚ ਸੀਨ ਦੇਖ ਕੇ ਗੰਦੇ ਉਹ ਦਿਮਾਗ ਵਿੱਚ ਵਿਜ਼ਨ ਲੈ ਕੇ ਆਉਣ ਡੇ ਆ, ਸੋਚ ਲੈ ਕੇ ਆਉਂਦੀ ਆ, ਉਸ ਔਰਤ ਲਈ ਗਲਤ ਸੋਚ ਲਿਆ, ਉਸ ਕੁੜੀ ਲਈ ਗਲਤ ਸੋਚ ਲਿਆ, ਕੁੜੀ ਨੇ ਮੁੰਡੇ ਵਾਸਤੇ ਗਲਤ ਸੋਚਿਆ, ਚਾਹੇ ਉਹਨੂੰ ਪ੍ਰਪੋਜ਼ ਵੀ ਨਹੀਂ ਕੀਤਾ, ਕੋਈ ਗੱਲ ਵੀ ਨਹੀਂ ਕੀਤੀ, ਉਹਦੇ ਲਈ ਗਲਤ ਹੀ ਸੋਚ ਲਿਆ, ਮਨ ਵਿੱਚ ਲਈ ਗਲਤ ਵਿਚਾਰ ਲੈ ਕੇ ਆ ਗਏ, ਉਸੇ ਸਮੇਂ ਤੁਸੀਂ ਕੀ ਕਰ ਲਿਆ? ਹਾਂਜੀ ਪੜ੍ਹੋ ਪੱਤਰ ਅਸੀਂ ਕੀ ਕਰ ਲਿਆ, ਪ੍ਰਭੂ ਕਹਿ ਰਿਹਾ ਸਟਾਰਟਿੰਗ, ਪਰ ਮੈਂ ਤੁਹਾਨੂੰ ਆਖਦਾ ਹਾਂ, ਮੈਂ ਤੁਹਾਨੂੰ ਆਖਦਾ ਕਿ ਕੋਈ ਕੋਈ ਟੀਵੀ ਨੂੰ ਬੁਰੀ ਇੱਛਾ ਕਰਕੇ ਵੇਖਦਾ ਹੈ, ਕਿੱਦਾਂ ਦੇਖਣਾ ਜੇ ਕੋਈ ਟੀਵੀ ਨੂੰ ਕਿੱਦਾਂ ਦੇਖ ਰਿਹਾ? ਬੁਰੀ ਇੱਛਾ ਕਰਕੇ, ਬੁਰੀ ਇੱਛਾ ਕਿਹਨੂੰ ਕਿਹਾ ਜਾਂਦਾ? ਗਲਤ ਤਰੀਕੇ ਨਾਲ, ਵਾਸਨਾ ਨਾਲ, ਹਵਸ ਦੇ ਨਾਲ। ਸੋ ਤਦੋਂ ਹੀ ਆਪਣੇ ਮਨੋਂ ਉਹਦੇ ਨਾਲ ਜਨਾਹ ਕਰ ਚੁੱਕਿਆ। ਮਨ ਵਿੱਚ ਕੀ ਕਰ ਲਿਆ ਉਹਦੇ ਨਾਲ ਜਨਾਹ? ਇਹ ਪਾਪ ਵੱਡਾ ਸੀ ਜਾਂ ਪਹਿਲਾਂ ਪਾਪ ਵੱਡਾ ਸੀ ਜਦੋਂ ਪੁਰਾਣੇ ਨਿਯਮ ਦੇ ਵਿੱਚ ਵੀ ਫੜਨਾ, ਟੱਚ ਕਰਨਾ, ਜਾਂ ਹੁਣ ਜ਼ਿਆਦਾ ਪਾਪ ਵੱਡਾ ਵਾ? ਹੁਣ ਪਾਪ ਜ਼ਿਆਦਾ ਵੱਡਾ, ਪਹਿਲਾਂ ਤਾਂ ਤੁਸੀਂ ਔਰਤ ਨੂੰ, ਮੰਨ ਲਓ ਐਗਜ਼ਾਮਪਲ ਦੇ ਰਿਹਾ ਵਾਂ, ਡੀਗ੍ਰੇਡ ਨਹੀਂ, ਪਹਿਲਾਂ ਔਰਤ ਨੂੰ ਫੜੂੰਗੇ ਉਹਦੇ ਨਾਲ ਸੰਬੰਧ ਬਣਾ, ਪਰ ਅੱਜ ਦੇ ਸਮੇਂ ਦੇ ਵਿੱਚ ਦੇਖਣ ਦੇ ਨਾਲ ਹੀ ਕੁੜੀ ਨੂੰ ਦੇਖ ਲਿਆ, ਜਾਂ ਕੁੜੀ ਕਿਸੇ ਨੇ ਮੁੰਡੇ ਨੂੰ ਚਰਚ ਵਿੱਚ ਹੀ ਦੇਖ ਲਿਆ, ਹੋਏ ਹੋਏ ਮੁੰਡਾ ਕਿੰਨਾ ਸੋਹਣਾ, ਮੇਰੀ ਕਿਤੇ ਦੇ ਨਾਲ ਗੱਲ ਹੋ ਜਾਵੇ, ਇਹਨੂੰ ਨੰਬਰ ਦੇਣਾ, ਮੈਂ ਪਿਆਰ ਕਰਦੀ ਹਾਂ ਇਹਨੂੰ, ਉਦੋਂ ਹੀ ਤੂੰ ਜਨਾਹ ਕਰ ਲਿਆ, ਵਿਆਹ ਤੋਂ ਪਹਿਲਾਂ ਹੀ ਵਿਆਹੀ ਗਈ, ਵਿਆਹ ਤੋਂ ਪਹਿਲਾਂ ਹੀ ਵਿਆਹੀ ਗਈ ਹਾਂ, ਵਿਆਹ ਤੋਂ ਕੁਆਰੇ ਪੁਣ ਆਪਣਾ ਗਵਾ ਲਿਆ ਤੂੰ ਸੋਚ ਕੇ ਹੀ। ਕਲਾਮ ਬੜਾ ਸਿੱਧਾ ਅਤੇ ਸੰਪਸ਼ਟ ਹੈ, ਗਹਿਰਾ ਕਲਾਮ ਆ, ਥੋੜ੍ਹਾ ਜਿਹਾ ਤੁਹਾਨੂੰ ਲੱਗਣਾ ਵੀ ਪਾਸਟਰ ਜੀ ਅੱਜ ਸਿੱਧੀਆਂ ਗੱਲਾਂ ਕਹਿ ਰਹੇ ਨੇ, ਪਰ ਬਾਈਬਲ ਕਹਿੰਦੀ ਹੈ ਤਾਂ ਇਸ ਲਈ ਮੈਂ ਬੋਲਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਪਹਿਲਾ ਪੱਤਰਸ ਪਹਿਲਾ ਭਾਗ ਉਹਦੀ 15:16 ਵਿੱਚ ਲਿਖਿਆ, ਕਹਿੰਦਾ ਜਿੱਦਾਂ ਮੈਂ ਪਵਿੱਤਰ ਹਾਂ ਤੁਸੀਂ ਕੀ ਬਣਨਾ ਵਾ ਪਵਿੱਤਰ, ਕਿਉਂਕਿ ਪ੍ਰਭੂ ਨੂੰ ਪਵਿੱਤਰ ਲੋਕ ਚਾਹੀਦੇ, ਅਸ਼ੁੱਧ ਲੋਕਾਂ ਤੋਂ ਪ੍ਰਭੂ ਨੂੰ ਘਿਰਣਾ ਆਉਂਦੀ ਆ, ਅਤੇ ਅੱਜ ਸਾਡੇ ਅੰਦਰ ਅਸ਼ੁੱਧਤਾ ਜ਼ਿਆਦੀ ਆ। ਬਾਈਬਲ ਦੇ ਵਿੱਚ ਸੁਣੋ, ਪ੍ਰਭੂ ਦੇ ਚੇਲੇ ਪ੍ਰਭੂ ਨਾਲ ਤੁਰੇ ਜਾਂਦੇ, ਸਬਤ ਦਾ ਦਿਨ ਚੇਲਿਆਂ ਨੂੰ ਭੁੱਖ ਲੱਗੀ, ਉਹਨਾਂ ਨੇ ਖੇਤ ਦੇ ਵਿੱਚੋਂ ਛਿੱਟੇ ਤੋੜ ਲਏ, ਉਹਨਾਂ ਨੇ ਜਦੋਂ ਛਿੱਟ ਤੋੜ ਕੇ ਖਾਧੇ ਆ, ਅਤੇ ਜਿਹੜੇ ਫਰੀਸੀ ਸੀਗੇ ਕਹਿੰਦੇ ਤੇਰੇ ਚੇਲਿਆਂ ਨੂੰ ਪੋਰਾ ਸੰਗ ਨਹੀਂ ਆਈ, ਇਹਨਾਂ ਨੇ ਹੁਕਮ ਤੋੜਿਆ, ਇਹਨਾਂ ਨੇ ਭ੍ਰਿਸ਼ਟ ਕੀਤਾ, ਪ੍ਰਭੂ ਤੇਰੇ ਕੰਮ ਨੂੰ ਨਹੀਂ ਤੇਰੇ ਦਿਨ ਨੂੰ ਭ੍ਰਿਸ਼ਟ ਕੀਤਾ। ਅਤੇ ਯਿਸੂ ਮਸੀਹ ਕਹਿੰਦਾ ਮਨੁੱਖ ਖਾਣ ਪੀਣ ਦੇ ਨਾਲ ਨਹੀਂ, ਚੇਲੇ ਗਏ ਹੱਥ ਨਹੀਂ ਧੋਤੇ, ਉਹਦੇ ਰੋਟੀ ਖਾਣ ਲੱਗ ਪਏ, ਜਦੋਂ ਉਹਦੇ ਰੋਟੀ ਖਾ ਲਈ ਫਿਰ ਕਹਿੰਦੇ ਤੇਰੇ ਚੇਲਿਆਂ ਨੇ ਹੱਥ ਨਹੀਂ ਧੋਤੇ ਰੋਟੀ ਖਾਣ ਲੱਗ ਪਏ। ਯਿਸੂ ਮਸੀਹ ਕਹਿੰਦਾ ਮਨੁੱਖ ਖਾਣ ਪੀਣ ਦੇ ਨਾਲ ਭ੍ਰਿਸ਼ਟ ਨਹੀਂ ਹੁੰਦਾ, ਮਨੁੱਖ ਖਾਣ ਪੀਣ ਦੇ ਨਾਲ ਭ੍ਰਿਸ਼ਟ ਨਹੀਂ ਹੁੰਦਾ, ਜੋ ਕੁਛ ਮਨੁੱਖ ਦੇ ਅੰਦਰੋਂ ਗੰਦ ਨਿਕਲਦਾ ਉਹਦੇ ਨਾਲ ਕੀ ਹੁੰਦਾ ਵਾ? ਭ੍ਰਿਸ਼ਟ ਹੁੰਦਾ। ਤੇ ਗੰਦ ਅੰਦਰ ਜਾਂਦਾ ਕਿੱਦਾਂ ਵਾ? ਬੋਲਦੇ ਹੋ ਬੋਲਦੇ ਹੋ ਅੱਖਾਂ ਨਾਲ ਤੇ ਕੰਨਾਂ ਨਾਲ, ਜਦੋਂ ਤੁਸੀਂ ਹਰ ਵੇਲੇ ਗੰਦੀਆਂ ਗੱਲਾਂ ਸੁਣੀ ਜਾਓਗੇ, ਗੰਦੀਆਂ ਹੀ ਗੱਲਾਂ ਸੁਣੀ ਜਾਓਗੇ, ਇਹ ਕਿੱਥੇ ਜਾਂਦੀਆਂ? ਕਿੱਥੇ ਜਾਂਦੀਆਂ? ਅੰਦਰ ਜਾਂਦੀਆਂ, ਦਿਮਾਗ 'ਚ ਵੀ, ਦਿਲ ਦੇ ਵਿੱਚ ਵੀ, ਹਰ ਵੇਲੇ ਤੁਸੀਂ ਸੁਣੀ ਜਾਂਦੇ ਹੋ, ਹਰ ਵੇਲੇ ਸਾਰਾ ਦਿਨ ਫੋਨ ਕਰਨ ਨੂੰ ਲੱਗਾ ਹੋਇਆ, ਬੁਲਾ ਕਰਨ ਨੂੰ, ਪਰਲੇ ਕਰਨ ਨੂੰ, ਸਾਰਾ ਦਿਨ ਫੋਨ ਕਰਨ ਨੂੰ ਲੱਗਾ ਹੋਇਆ, ਖੱਟੀਆਂ ਮਿੱਠੀਆਂ ਗੱਲਾਂ ਕਰੀ ਜਾਂਦਾ ਫੋਨ 'ਤੇ, ਬੁੱਗੇ ਛੁੱਗੇ ਕਰੀ ਜਾਂਦਾ, ਸਾਰਾ ਦਿਨ ਉਹਦੇ ਦਿਮਾਗ 'ਚ ਉਹੀ ਚੱਲਣੇ, ਮੁੜ ਕੇ ਉਹੀ ਬਾਹਰ ਹੋਣੀਆਂ, ਸਾਰਾ ਦਿਨ ਗੰਦੇ ਗੀਤ ਸੁਣਦਾ, ਹੈੱਡਫੋਨ ਲਾਏ ਹੋਏ, ਟੂਟੀਆਂ ਲਾਈਆਂ ਹੋਈਆਂ, ਲੋ ਮਾਂ ਪੇ ਨੂੰ ਕਹਿੰਦੇ ਮੈਂ ਕਲਾਮ ਸੁਣਦਾ, ਕਈ ਮੁੰਡੇ ਨੇ, ਕਈ ਮਸੀਹ ਇੱਦਾਂ ਦੇ ਨੇ ਹੈੱਡਫੋਨ ਲਾ ਕੇ ਕਹਿੰਦੇ ਨੇ ਮਾਂ ਬਾਪ ਨੂੰ ਮੈਂ ਦੁਆ ਕਰਦਾ ਕਲਾਮ ਸੁਣਦਾ, ਪਰ ਇੰਨਾ ਨਹੀਂ ਪਤਾ ਕਲਾਮ ਬੰਦ ਕੀਤਾ ਹੋਇਆ ਤਾਂ ਅੰਦਰ ਮਾਈ ਨਾਲ ਗੱਲਾਂ ਸੁਣਦਾ ਹੀ ਉਹ, ਕੁੜੀ ਨਾਲ ਅੰਦਰ ਗੱਲਾਂ ਕਰਨ ਡਿਆ ਟੂਟੀਆਂ ਲਾ ਕੇ, ਬੇਵਕੂਫ ਬਣਾ ਰਹੇ ਨੇ, ਕਹਿੰਦੇ ਜੀ ਮੈਂ ਭਜਨ ਸੁਣਦਾ, ਭਜਨ ਘੱਟ ਦੇ ਅੰਦਰ ਪੰਜਾਬੀ ਗੀਤ ਜ਼ਿਆਦਾ ਸੁਣਦਾ, ਅਸ਼ੁੱਧ ਤਾਂ ਕੰਨਾਂ ਦੇ ਰਾਹੀਂ ਅੰਦਰ ਜਾ ਰਹੀ ਆ, ਅੱਖਾਂ ਦੇ ਰਾਹੀਂ ਦਿਮਾਗ ਵਿੱਚ ਜਾ ਰਹੀ ਆ, ਜਿਹੜੀ ਤੁਹਾਨੂੰ ਭ੍ਰਿਸ਼ਟ ਕਰ ਰਹੀ ਆ, ਭ੍ਰਿਸ਼ਟ ਕਰ ਰਹੀ ਆ। ਅਤੇ ਬਾਈਬਲ 'ਚ ਲਿਖਿਆ ਮਨੁੱਖ ਖਾਣ ਪੀਣ ਦੇ ਨਾਲ ਭ੍ਰਿਸ਼ਟ ਨਹੀਂ ਹੁੰਦਾ, ਜੋ ਕੁਛ ਉਹਦੇ ਅੰਦਰੋਂ ਨਿਕਲਦਾ ਉਹਦੇ ਨਾਲ ਕੀ ਹੁੰਦਾ ਵਾ? ਭ੍ਰਿਸ਼ਟ ਹੁੰਦਾ, ਭ੍ਰਿਸ਼ਟ ਹੁੰਦਾ ਵਾ। ਹਾਲੇਲੂਇਆ, ਜੋ ਕੁਛ ਅੰਦਰ ਹੋਊਗਾ ਉਹੀ ਬਾਹਰ ਹੋਣਾ, ਤਾਂ ਅੰਦਰ ਸਾਡੇ ਕੀ ਭਰਿਆ? ਗੰਦਗੀ ਭਰ ਗਈ ਆ, ਅਸ਼ੁੱਧ ਹੋ ਗਿਆ ਸੀ। ਪ੍ਰਭੂ ਕਹਿੰਦਾ ਦੇਖਣ ਨਾਲ ਤੂੰ ਪਾਪ ਕਰ ਰਿਹਾ, ਸੁਣਨ ਨਾਲ ਪਾਪ ਕਰ ਰਿਹਾ, ਬੋਲਣ ਨਾਲ ਤਾਂ ਜਿਹੜਾ ਹੈ ਹੀ ਹੈ ਵਾ, ਕਿਉਂਕਿ ਬੋਲਣਾ ਬੰਦੇ ਨੇ ਉਹ ਆ ਜੋ ਅੰਦਰ ਆ, ਜੋ ਅੰਦਰ ਆ ਉਹੀ ਕੀ ਬੋਲਣਾ ਉਹਨੇ?